ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੋਨਦਾਓ ਤੁਸੀਂ ਕੁਲਵੀਰ ਸਿੰਘ ਦੇ ਨਾਲ ਇਟਾਲੀਅਨ ਖਬਰਾਂ ਪੰਜਾਬੀ ਦੇ ਵਿੱਚ ਤੁਹਾਡਾ ਸਾਰਿਆਂ ਦਾ ਅੱਜ ਦੀਆਂ ਖਬਰਾਂ ਦੇ ਵਿੱਚ ਸਵਾਗਤ ਹੈ ਜੀ ਇਟਲੀ ਦੇ ਵਿੱਚ ਸਰਕਾਰ ਇੱਕ ਬੈਨੇਫਿਟ ਦੇਣ ਜਾ ਰਹੀ ਹੈ ਜੀ ਬੋਨਸ 700 ਐਰੋ ਇਹ ਜੋ ਬੋਨਸ 700 ਐਰੋ ਉਹਨਾਂ ਨੂੰ ਮਿਲੇਗਾ ਜਿਨ੍ਹਾਂ ਦੀ ਇਜ਼ੇ 8500 ਐਰੋ ਤੱਕ ਹੋਵੇਗੀ ਇਸ ਬੋਨਸ ਨੂੰ ਅਸੇਨਿਓ ਦੀ ਇਨਕਲੂਜ਼ੀਓ ਨੇ ਕਿਹਾ ਜਾਂਦਾ ਸਰਕਾਰ ਇਸ ਵੇਲੇ ਸੋਚ ਰਹੀ ਹੈ ਕਿ ਇਸ ਨੂੰ 500 ਤੋਂ 700 ਐਰੋ ਕਰ ਦਿੱਤਾ ਜਾਵੇ 200 ਐਰੋ ਐਕਸਟਰਾ ਮਿਲਣਗੇ ਇਜ਼ੇ ਨੂੰ 8500 ਤੱਕ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਇਟਲੀ ਦੇ ਵਿੱਚ ਵੱਧ ਤੋਂ ਵੱਧ ਜਿਹੜੀਆਂ ਫੈਮਿਲੀਆ ਨੇ ਇਸ ਅਸੇਨਿਓ ਦੀ ਇਨਕਲੂਜ਼ੀਓ ਦਾ ਜਿਹੜਾ ਫੇਰ ਚੱਕ ਸਗਣ ਜੀ ਉਸ ਤੋਂ ਬਾਅਦ ਗੱਲ ਕਰਦੇ ਹਾਂ ਜੀ ਇਟਲੀ ਦੇ ਵਿੱਚ ਮੌਸਮ ਵਿਭਾਗ ਵੱਲੋਂ ਚੇਤਾਵਨੀ ਆਈ ਹੈ ਇਟਲੀ ਦੇ ਵਿੱਚ ਕੱਲ ਕਾਫੀ ਇਲਾਕਿਆਂ ਦੇ ਵਿੱਚ ਮੀਂਹ ਪੈਣ ਦੀ ਬਾਰਿਸ਼ ਹੋਣ ਦੀ ਬੱਦਲ ਪੈਣ ਦੀ ਅਸ਼ੰਕਾ ਜੀ ਪੀਲੇ ਰੰਗ ਦਾ ਜਿਹੜਾ ਅਲਰਟ ਕੀਤਾ ਗਿਆ ਲਿਗੂਰੀਆ ਤੇ ਤਸਕਾਨਾ ਦੇ ਵਿੱਚ ਬਾਕੀ ਪੂਰੀ ਇਟਲੀ ਦੇ ਵਿੱਚ ਮੌਸਮ ਜਿਹੜਾ ਬੱਦਲ ਦਾ ਰਹਿਣਾ ਹੈ ਜੀ ਉਸ ਤੋਂ ਬਾਅਦ ਯੂਰਪ ਦੇ ਕੁਝ ਦੇਸ਼ ਨੇ ਜਿਨ੍ਹਾਂ ਨੇ ਜਿੰਨੀਆਂ ਗੱਡੀਆਂ ਜਿਹੜੀਆਂ ਚਾਈਨਾ ਤੋਂ ਬਣ ਰਹੀਆਂ ਇਲੈਕਟ੍ਰੋਨਿਕ ਗੱਡੀਆਂ ਦੇ ਉੱਤੇ ਟੈਕਸ ਲਾਉਣ ਦੀ ਗੱਲਬਾਤ ਕੀਤੀ ਹੈ ਯੂਰਪ ਦੇ ਕੁਝ ਦੇਸ਼ ਕਹਿ ਰਹੇ ਨੇ ਜਸ ਤਰ੍ਹਾਂ ਕਿ ਇਟਲੀ, ਫਰਾਂਸ ਇਹਨਾਂ ਨੇ ਹਾਂ ਦੇ ਵਿੱਚ ਸਿਰ ਹਿਲਾ ਦਿੱਤਾ ਜੀ ਵੋਟ ਪਾਈ ਹੈ ਕਿ ਜਿਹੜੀਆਂ ਗੱਡੀਆਂ ਚਾਈਨਾ ਤੋਂ ਇਲੈਕਟ੍ਰੋਨਿਕ ਗੱਡੀਆਂ ਆਉਣੀਆਂ ਨੇ ਯੂਰਪ ਦੇਸ਼ਾਂ ਦੇ ਵਿੱਚ ਉਹਨਾਂ ਦੇ ਉੱਤੇ ਟੈਕਸ ਲੱਗ ਲਾਇਆ ਜਾਵੇ ਇਟਲੀ, ਫਰਾਂਸ, ਬਲਗਰੀਆ, ਡੈਨਮਾਰਕ, ਐਸਟੋਨੀਆ, ਆਇਰਲੈਂਡ, ਲਿਥੋਵਾਨੀਆ, ਪਾਈਜ਼ੀਬਾਸੀ ਤੇ ਪੋਲੋਨਿਆ ਦੇਸ਼ ਨੇ ਜਿਨ੍ਹਾਂ ਨੇ ਹਾਂ ਦੇ ਵਿੱਚ ਨਾਂ ਲਿਆ ਜੀ ਕਿ ਇਹਨਾਂ ਗੱਡੀਆਂ ਦੇ ਉੱਤੇ ਟੈਕਸ ਲੱਗਣਾ ਚਾਹੀਦਾ ਕਿਉਂਕਿ ਚਾਈਨਾ ਬਹੁਤ ਹੀ ਐਡਵਾਂਸ ਗੱਡੀਆਂ ਬਣਾ ਰਿਹਾ ਅਤੇ ਚਾਈਨਾ ਦੀਆਂ ਗੱਡੀਆਂ ਯੂਰਪ ਦੇ ਦੇਸ਼ ਦੇ ਵਿੱਚ ਆ ਕੇ ਬਹੁਤ ਵੱਡਾ ਜਿਹੜਾ ਕੰਪੀਟੀਸ਼ਨ ਕਰ ਸਕਦੀਆਂ ਇਸ ਕਰਕੇ ਉਹਨਾਂ ਦੀਆਂ ਜਿਹੜੀਆਂ ਗੱਡੀਆਂ ਨਹੀਂ ਇੱਥੇ ਆ ਕੇ ਕੰਪੀਟੀਸ਼ਨ ਨਾ ਕਰਨ ਉਹਨਾਂ ਦੇ ਉੱਤੇ ਟੈਕਸ ਲਾਉਣ ਦੀ ਗੱਲਬਾਤ ਕੀਤੀ ਜਾ ਰਹੀ ਹੈ ਜੀ ਹੁਣ ਬਾਕੀ ਯੂਰਪ ਯੂਨੀਅਨ ਇਸ ਨੂੰ ਅਪਰੂਵ ਕਰਦੀ ਹੈ ਜਾਂ ਫਿਰ ਨਹੀਂ ਕਰਦੀ ਇਹ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਹੀ ਪਤਾ ਲੱਗ ਜਾਣਾ ਜੀ ਅਰੇ ਉਸ ਤੋਂ ਬਾਅਦ ਇੱਕ ਵਾਰ ਹੋਰ ਗੱਲਬਾਤ ਕੀਤੀ ਜਾ ਰਹੀ ਹੈ ਕਿ ਸ਼ਾਇਦ ਪੈਟਰੋਲ ਅਤੇ ਡੀਜ਼ਲ ਤੇ ਹੋਰ ਵੀ ਟੈਕਸ ਲੱਗ ਸਕਦੇ ਨੇ ਇਸੇ ਲੂੰਗਾ ਦੇ ਵਿੱਚੋਂ ਜਿਹੜੇ ਫਿਲੇਤੀ ਦੀ ਆਲੀਚੀ ਆ ਜਿਹੜੇ ਬੰਦੇ ਆਲੀਚੀ ਖਾਂਦੇ ਆ ਉਹਨਾਂ ਨੂੰ ਪਤਾ ਹੈ ਜੀ ਫਿਲੇਤੀ ਜਿਹੜੇ ਟੋਟੇ ਕੀਤੇ ਹੁੰਦੇ ਨੇ ਛੋਟੇ ਛੋਟੇ ਸਲਾਈਸ ਕੀਤੇ ਹੁੰਦੇ ਨੇ ਜੀ ਇਹ ਮੱਛੀ ਹੁੰਦੀ ਆ ਇੱਕ ਕਿਸਮ ਦੀ ਮੱਛੀ ਹੁੰਦੀ ਆ ਤੇ ਛੋਟੇ ਛੋਟੇ ਸਲਾਈਸ ਕਰਕੇ ਡੱਬੇ ਦੇ ਵਿੱਚ ਪਾਏ ਹੁੰਦੇ ਨੇ ਤੇ ਇਹਨਾਂ ਨੂੰ ਵਾਪਸ ਬੁਲਾ ਲਿਆ ਗਿਆ ਦੱਸਿਆ ਜਾ ਰਿਹਾ ਕਿ ਇਹਨਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਪ੍ਰੋਬਲਮ ਸੀ ਮਾਈਕਰੋਬਾਇਓਲੋਜੀਕਲ ਮਾਈਕਰੋਬਾਇਓਲੋਜੀਕਲ ਡਾਟਾ ਪ੍ਰੋਬਲਮਸ ਹੈਗਾ ਜਿਸ ਦੇ ਕਾਰਨ ਇਹਨਾਂ ਮੱਛੀਆਂ ਨੂੰ ਜਿਹਨਾਂ ਨੂੰ ਕੱਟ ਕੇ ਰੱਖਿਆ ਹੋਇਆ ਸੀਗਾ ਵਾਪਸ ਬੁਲਾ ਲਿਆ ਗਿਆ ਜੇਕਰ ਤੁਸੀਂ ਵੀ ਮੱਛੀ ਖਾਣ ਦੇ ਸ਼ੌਕੀਨ ਆ ਆਲਸੀ ਜਿਹੜੀ ਮੱਛੀ ਖਾਂਦੇ ਤਾਂ ਸਾਵਧਾਨ ਪੋਰਟੋ ਫਿਨੇਂਸੀਆ ਦੇ ਵਿੱਚ ਇੱਕ ਟੂਰਿਸਟ ਨੂੰ ਰੋਕਿਆ ਗਿਆ ਜਿਸ ਦੇ ਕੋਲ 14 ਸੋਨੇ ਦੇ ਬਿਸਕਟ ਅਤੇ 12000 ਯੂਰੋ ਜਿਹੜਾ ਕੈਸ਼ ਬਰਾਮਦ ਹੋਇਆ ਉਸ ਦੇ ਬੈਗ ਦੇ ਵਿੱਚ ਜੇਕਰ ਦੱਸਿਆ ਜਾਵੇ ਜਿਹੜਾ ਟੋਟਲ ਦੱਸਿਆ ਜਾ ਰਿਹਾ ਹੈ ਕਿ ਇਹ ਜਰਮਨ ਦੀ ਟੂਰਿਸਟ ਸੀ ਜੋ ਗ੍ਰੀਸ ਤੋਂ ਵਾਪਸ ਆ ਰਹੀ ਸੀ ਜਿਸ ਦੇ ਕੋਲ 825 ਗ੍ਰਾਮ ਸੋਨਾ ਸੀ ਜਿਸ ਦਾ ਟੋਟਲ ਅਮਾਉਂਟ ਜਿਹੜਾ ਦੱਸਿਆ ਜਾ ਰਿਹਾ ਕਿ 50000 ਯੂਰੋ ਇਸ ਦਾ ਮੁੱਲ ਬਣਦਾ ਹੈ ਜੀ ਗਵਾਰਡੀਆ ਦੀ ਫਾਈਨਾਂਸਰ ਨੇ ਸਾਰੇ ਦਾ ਸਾਰਾ ਜਬਤ ਕਰਕੇ ਆਪਣੇ ਕੋਲ ਰੱਖ ਲਿਆ ਜੀ ਇਹ ਮੇਨ ਜਿਹੜੀ ਇਹ ਗੱਲ ਹੈ ਕਿ ਬਾਅਦ ਵਿੱਚ ਇਹਨਾਂ ਜਰਮਨ ਨੂੰ ਜਾਣਾ ਸੀ ਪਰ ਬਿਨਾਂ ਡਿਕਲੇਅਰ ਕੀਤੇ ਹੋਏ ਇਸ ਕਰਕੇ ਇਟਲੀ ਦੀ ਪੁਲਿਸ ਨੇ ਸਾਰਾ ਜ਼ਬਤ ਕਰਕੇ ਰੱਖ ਲਿਆ ਅੱਜ 365 ਦਿਨ ਹੋ ਗਏ ਜੀ ਜਿਹੜੀ ਲੜਾਈ ਚੱਲ ਰਹੀ ਹੈ ਇਜ਼ਰਾਈਲ ਤੇ ਹੰਮਸ ਦੇ ਵਿਚਕਾਰ ਇਜ਼ਰਾਈਲ ਦਾ ਕਹਿਣਾ ਕਿ ਅਸੀਂ ਇੱਕ ਬਹੁਤ ਹੀ ਲੰਬੀ ਲੜਾਈ ਲੜ ਰਹੇ ਹਾਂ ਅਜੇਪਟ ਨੇ ਕਿਹਾ ਕਿ ਲਬਲਾਨ ਦੇ ਵਿੱਚ ਉਹਨਾਂ ਨੇ ਆਪਣੇ 286 ਬੰਦਿਆਂ ਨੂੰ ਸਹੀ ਸਲਾਮਤ ਵਾਪਸ ਬੁਲਾ ਲਿਆ ਜੀ ਇਰਾਨ ਦੇ ਜਿੰਨੀਆਂ ਵੀ ਫਲਾਈਟਾਂ ਨੇ ਸਾਰੀਆਂ ਦੀਆਂ ਸਾਰੀਆਂ ਅੱਜ ਸ਼ਾਮ ਸਾਢੇ ਇਟਲੀ ਦੇ ਟਾਈਮ 7:30 ਤੋਂ ਜਿਹੜੀਆਂ ਕੈਨਸਲ ਕਰ ਦਿੱਤੀਆਂ ਨੇ ਸਵੇਰ ਦੇ ਸ਼ਾਮ ਦੇ 7:30 ਤੋਂ ਲੈ ਕੇ ਸਵੇਰ ਦੇ 4:30 ਵਜੇ ਤੱਕ ਦਿਨਾਂ ਫਲਾਈਟਾਂ ਨੂੰ ਕੈਨਸਲ ਕਰਨ ਦਾ ਕਾਰਨ ਇਹ ਹੀ ਦੱਸਿਆ ਜਾ ਰਿਹਾ ਕਿ ਇਰਾਨ ਅਤੇ ਇਜ਼ਰਾਇਲ ਦੇ ਵਿੱਚਕਾਰ ਜਿਹੜੀ ਇਸ ਟਾਈਮ ਬਹੁਤ ਹੀ ਟੈਨਸ਼ਨ ਬਣੀ ਹੋਈ ਹੈ ਮਾਮਲਾ ਬਹੁਤ ਹੀ ਨਾਜ਼ੁਕ ਹੈ ਇਸ ਕਰਕੇ ਇਹਨਾਂ ਨੇ ਫਲਾਈਟਾਂ ਨੂੰ ਕੈਨਸਲ ਰੱਦ ਕਰ ਦਿੱਤਾ ਜੀ ਜੇਨਵਾ ਦੇ ਵਿੱਚ ਇੱਕ ਸਾਲ ਦੀ ਬੱਚੀ ਦੀ ਮੌਤ ਹੋ ਗਈ ਘਰ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਇੱਕ ਦਿਨ ਪਹਿਲਾਂ ਹੀ ਇਟਲੀ ਦੇ ਪ੍ਰੋਂਟੋ ਸੁਕੋਰਸੋ ਹਸਪਤਾਲ ਦੇ ਵਿੱਚ ਬੱਚੀ ਨੂੰ ਲੈ ਕੇ ਗਏ ਸਗੇ ਹਸਪਤਾਲ ਦਾ ਨਾਮ ਸੀਗਾ ਜੀ ਲੋਸ ਪੈਦਾਲੇ ਦੀ ਲਵਾਗ ਜਿੱਥੇ ਬੱਚੀ ਨੂੰ ਵਿਜ਼ਿਟ ਕੀਤਾ ਗਿਆ ਸੀ ਪਹਿਲਾਂ ਗ੍ਰੀਨ ਕੋਡ ਦੇ ਨਾਲ ਹਰੇ ਕੋਡ ਦੇ ਨਾਲ ਉਸ ਨੂੰ ਐਂਟਰੀ ਦਿੱਤੀ ਉਸ ਤੋਂ ਬਾਅਦ ਚੈੱਕਅਪ ਕੀਤਾ ਸਾਰਾ ਕੁਝ ਦੇਖ ਕੇ ਉਹਨਾਂ ਨੇ ਕਿਹਾ ਕਿ ਬੱਚੀ ਬਿਲਕੁਲ ਠੀਕ ਹੈ ਉਸ ਨੂੰ ਘਰ ਲੈ ਕੇ ਜਾ ਸਕਦੇ ਆ ਦੂਸਰੇ ਹੀ ਦਿਨ ਸਵੇਰੇ 10:30 ਵਜੇ ਐਂਬੂਲੈਂਸ ਨੂੰ ਫੋਨ ਜਾਂਦਾ ਕਿ ਬੱਚੀ ਦੇ ਢਿੱਡ ਦੇ ਵਿੱਚ ਫਿਰ ਦਰਦ ਹੋ ਰਿਹਾ ਜਿਸ ਤਰ੍ਹਾਂ ਕਿ ਕੱਲ ਹੋਇਆ ਸੀਗਾ ਗਵਾਰਡੀਆ ਮੈਡੀਕਾ ਦੀ ਗੱਡੀ ਪਹੁੰਚਦੀ ਹੈ ਤੇ ਉਹ ਹੈਲੀਕਾਪਟਰ ਨੂੰ ਵੀ ਫੋਨ ਕਰਦੇ ਨੇ ਕਿ ਉਸ ਤੋਂ ਬੱਚੀ ਨੂੰ ਛੇਤੀ ਤੋਂ ਛੇਤੀ ਲੈ ਕੇ ਜਾਇਆ ਜਾਵੇ ਅਤੇ ਹੁਣ ਜਿਹੜੀ ਪੂਰੀ ਦੀ ਪੂਰੀ ਪੋਸਟਮਾਰਟਮ ਤੋਂ ਬਾਅਦ ਇਨਕੁਆਰੀ ਹੋਣੀ ਹੈ ਤੇ ਇਨਕੁਆਰੀ ਦੇ ਵਿੱਚ ਹਸਪਤਲ ਦਾ ਨਾਮ ਜ਼ਰੂਰ ਰਾਣਾ ਕਿਉਂਕਿ ਇੱਕ ਦਿਨ ਪਹਿਲਾਂ ਉਸ ਹੀ ਬੱਚੀ ਨੂੰ ਘਰ ਭੇਜਿਆ ਗਿਆ ਤੇ ਦੂਸਰੇ ਦਿਨ ਉਸ ਬੱਚੀ ਦੀ ਮੌਤ ਹੋ ਗਈ ਇਸ ਦਾ ਕਾਰਨ ਕੀ ਹੈ ਜਦ ਕੇ ਪੁਲਸ ਪੁਲਸ ਵਾਲਿਆਂ ਦਾ ਇਹ ਕਹਿਣਾ ਹੋ ਸਕਦਾ ਹੈ ਕਿ ਹਸਪਤਲ ਨੇ ਕਿਸ ਤਰ੍ਹਾਂ ਕਿਹਾ ਕਿ ਬੱਚੀ ਬਿਲਕੁਲ ਸਹੀ ਹੈ ਇਸ ਦਾ ਮਤਲਬ ਇਹ ਵੀ ਹੋ ਸਕਦਾ ਹੈ ਕਿ ਉਹਨਾਂ ਨੇ ਚੰਗੀ ਤਰ੍ਹਾਂ ਚੈੱਕਅਪ ਨਾ ਕੀਤਾ ਹੋਵੇ ਔਰ ਯੂਲ ਸੇਰੀ ਉਤੇ ਬੈਰਗਮੋ ਦਾ ਜੋ 에어ਪੋਰਟ ਆ ਜੀ ਉਤੇ 50000 ਤਕਰੀਬਨ 에어로 ਦਾ ਜਿਹੜਾ ਸਮਾਨ ਜ਼ਬਤ ਕੀਤਾ ਗਿਆ ਇਹ ਵੀ ਦੱਸਿਆ ਜਾ ਰਿਹਾ ਕਿ 40 ਬੰਦਿਆਂ 'ਤੇ ਹੁਣ ਤੱਕ ਕੇਸ ਕਰ ਦਿੱਤਾ ਗਿਆ ਹੈ। ਰੋਲੈਕਸਾਂ ਜਿਹੜੀਆਂ ਰੋਲੈਕਸ ਹੋ ਗਈਆਂ ਸੋਨੇ ਦੇ ਸਿੱਕੇ ਹੋ ਗਏ ਤੇ ਇਹ ਬੰਦਿਆਂ ਦੇ ਕੋਲੋਂ ਕੀਤੇ ਗਏ ਬਰਾਮਦ ਇਟਲੀ ਦੇ ਵਿੱਚ 에어ਪੋਰਟ ਹੈ ਜਿਹੜਾ ઓਰੀਓ ਹਲਸੀਰੀ ਜੋੰਬੈਰ ਕੋ ਮਦੇ ਵਿੱਚ ਪੈਂਦਾ ਦੱਸਿਆ ਜਾ ਰਿਹਾ ਕਿ ਇੱਥੇ ਜੁਲਾਈ ਮਹੀਨੇ ਦੇ ਵਿੱਚ ਬਹੁਤ ਹੀ ਆਵਾਜਾਈ ਰਹੀ ਹੈ ਜਿਸ ਵਿੱਚ 173130306 ਯਾਤਰੀ ਸਿਰਫ ਜੁਲਾਈ ਦੇ ਮਹੀਨੇ ਦੇ ਵਿੱਚ ਗਿਆ ਤੇ ਤਕਰੀਬਨ ਜਨਵਰੀ ਮਹੀਨੇ ਦੇ ਵਿੱਚ ਇਸਥੇ 1 ਕਰੋੜ ਯਾਤਰੀ ਨੇ ਸਫ਼ਰ ਕੀਤਾ ਹੈ ਇਸ ਕਰਕੇ ਗੁਆਰਡੀਆ ਦੀ ਫਾਈਨਾਂਸਾ ਵਾਲੇ ਬਹੁਤ ਹੀ ਜ਼ਿਆਦਾ ਸਾਵਧਾਨ ਨੇ ਉੱਥੇ ਚੈੱਕ ਕਰਦੇ ਨੇ ਇਹ ਵੀ ਦੱਸਿਆ ਜਾ ਰਿਹਾ ਕਿ ਹੁਣ ਤੱਕ 40 ਬੰਦਿਆਂ ਨੂੰ ਇਹਨਾਂ ਨੇ ਕੇਸ ਕਰ ਦਿੱਤਾ ਜੀ 40 ਬੰਦਿਆਂ ਦੇ ਸਿਰ ਜਿਹੜੇ ਬੰਦੇ ਰਾਹਦੀ ਤੋਂ ਦੀ ਚਿੱਤਾ ਦੇ ਅਨੁਸਾਰ ਆ ਰਹੇ ਸਨ ਉਹਨਾਂ ਦੇ ਕੋਲ ਪੈਸੇ ਬਹੁਤ ਸਨ ਤੇ ਸਰਕਾਰ ਦੇ ਨਾਲ ਜਿਹੜੇ ਧੋਖਾਧੜੀ ਕਰ ਰਹੇ ਸਨ ਅਸੀਂ ਇੱਕ ਵਾਰ ਤੁਹਾਨੂੰ ਫਿਰ ਯਾਦ ਕਰਵਾ ਦਿੰਨੇ ਆ ਕਿ ਜਿਸ ਟਾਈਮ ਅਸੀਂ ਪਲੇਨ ਦੇ ਵਿੱਚ ਸਫਰ ਕਰਨਾ ਹੁੰਦਾ ਉਸ ਟਾਈਮ ਅਸੀਂ ਆਪਣੇ ਕੋਲ ਕੈਸ਼ ਲੈ ਕੇ ਜਾ ਸਕਦੇ ਹਾਂ 10000 ਐਰੋ ਆ ਜਿਹੜਾ ਲੈ ਕੇ ਜਾ ਕੇ ਜਾ ਸਕਦੇ ਆ ਆਪਣੇ ਕੋਲ ਕੈਸ਼ ਪਰ 10000 ਇੱਕ ਕਰੋ ਤੋਂ ਬਾਅਦ ਤੁਹਾਨੂੰ ਡਿਕਲੇਅਰ ਕਰਨਾ ਪੈਣਾ ਇਹ ਪੈਸੇ ਕਿੱਥੋਂ ਆਇਆ ਕਿੱਦਾਂ ਆ ਸਾਰਾ ਕੁਝ ਡਿਕਲੇਅਰ ਕਰਨਾ ਪੈਣਾ ਜਿਸ ਟਾਈਮ ਗਾਰਡੀਆਂ ਦੀ ਫਾਈਨਾਂਸ ਵਾਲੇ ਫਾਈਨਾਂਸ ਵਾਲੇ ਤੁਹਾਨੂੰ ਰੋਕ ਕੇ ਪੁੱਛਣ ਤੁਹਾਡੇ ਕੋਲ ਕਿੰਨੇ ਪੈਸੇ ਨੇ ਉਹਨਾਂ ਨੂੰ ਐਗਜ਼ੈਕਟ ਦੱਸਣਾ ਕਿਉਂਕਿ ਜੇਕਰ ਤੁਸੀਂ ਗਲਤ ਦੱਸਦੇ ਆ ਤਾਂ ਉਸ ਨੂੰ ਫਿਰ ਉਹ ਕਹਿ ਦਿੰਦੇ ਆ ਕਿ ਸਮਗਲਿੰਗ ਦੇ ਵਿੱਚ ਜਾਂ ਬਲੈਕ ਮਨੀ ਨੂੰ ਇੱਕ ਨੰਬਰ ਦੇ ਵਿੱਚ ਕੀਤਾ ਕਰਨ ਦੀ ਕੋਸ਼ਿਸ਼ ਹੈ ਜਿਸ ਦੇ ਨਾਲ 40% ਜਿਹੜਾ ਜਬਤ ਕਰ ਲਿਆ ਜਾਂਦਾ ਤੇ ਘੱਟ ਤੋਂ ਘੱਟ 300 ਯੂਰੋ ਦਾ ਜੁਰਮਾਨਾ ਡਿਪੈਂਡ ਕਰਦਾ ਕਿੰਨਾ ਤੁਹਾਡੇ ਕੋਲ ਪੈਸਾ ਫੜ ਹੋਇਆ ਉਹਦੇ ਸਾਹ ਦੇ ਨਾਲ ਤੁਹਾਨੂੰ ਜਿਹੜੇ ਜੁਰਮਾਨੇ ਕੀਤੇ ਜਾ ਸਕਦੇ ਬਹੁਤ ਸਾਰੇ ਬੰਦਿਆਂ ਦੇ ਕੋਲ ਪੈਸੇ ਜਿਹੜੇ ਜਬਤ ਕੀਤੇ ਜਾਂਦੇ ਇਸ ਕਰਕੇ ਸਫਰ ਕਰਨ ਤੋਂ ਪਹਿਲਾਂ ਇਸ ਗੱਲ ਦਾ ਤੁਸੀਂ ਖਿਆਲ ਜ਼ਰੂਰ ਰੱਖਿਓ ਜੀ ਜੇ ਅਸੀਂ ਇਟਲੀ ਦੇ ਵਿੱਚ ਹਾਈ ਸਪੀਡ ਟ੍ਰੇਨਾਂ ਦੀ ਗੱਲ ਕਰੀਏ ਤਾਂ ਦੱਸਿਆ ਜਾ ਰਿਹਾ ਕਿ ਐਸ ਐਨ ਸੀ ਸੀ ਐਫ ਜਿਹੜੀ ਸਰਵਿਸ ਆ ਇਹਨਾਂ ਦੇ ਆਉਣ ਤੋਂ ਬਾਅਦ ਇਟਲੀ ਦੇ ਵਿੱਚ ਜਿਹੜੀਆਂ ਰੇਟ ਨੇ ਬਹੁਤ ਹੀ ਜ਼ਿਆਦਾ ਘਟਣ ਵਾਲੇ ਨੇ ਜੇਕਰ ਅੰਕ ਸੁਪੀਨ ਦੇ ਵਿੱਚ ਰੇਟਾਂ ਦਾ ਧਾਮ ਬਹੁਤ ਘਟ ਇਟਲੀ ਦੇ ਵਿੱਚ ਜਿਹੜੇ ਵੀ ਫੈਮਲੀਆਂ ਬੇਬੀ ਸਿਟਰ ਕਰਦੇ ਵਿੱਚ ਰੱਖਦੀਆਂ ਨੇ ਉਹਨਾਂ ਦਾ ਘੱਟ ਤੋਂ ਘੱਟ ਮਹੀਨੇ ਦਾ ਖਰਚਾ 250 ਰੁਪਏ ਤੋਂ ਲੈ ਕੇ 317 ਰੁਪਏ ਤੱਕ ਦਾ ਪਰ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਿੰਨੀਆਂ ਵੀ ਇਟਲੀ ਦੇ ਵਿੱਚ ਫੈਮਲੀਆਂ ਨੇ ਬੇਬੀ ਸਿਟਰ ਆਪਣੇ ਬੱਚਿਆਂ ਨੂੰ ਸਾਹਮਣ ਦੇ ਲਈ ਰੱਖਿਆ ਹੋਇਆ ਕਿਸੇ ਨੂੰ ਕਰਦੇ ਵਿੱਚ ਸਿਰਫ ਤਿੰਨਾਂ ਦੇ ਵਿੱਚੋਂ ਇੱਕ ਦਾ ਹੀ ਕੰਟਰੈਕਟ ਆ ਬਾਕੀਆਂ ਨੂੰ ਨੀਰੋ ਦੇ ਵਿੱਚ ਹੀ ਰੱਖਿਆ ਜਾਂਦਾ ਤੇ ਸਰਕਾਰ ਇਹ ਚਾਹਦੀ ਹੈ ਕਿ ਹਰ ਇੱਕ ਬੰਦੇ ਦਾ ਕੰਟਰੈਕਟ ਹੋਵੇ ਤੇ ਸਰਕਾਰ ਦੇ ਖਜ਼ਾਨੇ ਦੇ ਵਿੱਚ ਪੈਸੇ ਆਣ ਅਤੇ ਉਸ ਖਜ਼ਾਨੇ ਦੇ ਪੈਸੇ ਦੇ ਨਾਲ ਟੈਕਸ ਦੇ ਨਾਲ ਇਟਲੀ ਦਾ ਜਿਹੜਾ ਸੁਦਾ ਕੀਤਾ ਜਾਵੇ ਰੋਮਾ ਨਾਪੋਲੀ ਦੀ ਜਿਹੜੀ ਟ੍ਰੇਨ ਆ 60 ਮਿੰਟ ਲੇਟ ਹੋਈ ਕਾਰਨ ਇਹ ਕਿ 6 ਵਜੇ ਦੇ 10 ਮਿੰਟ ਤੇ ਉਹਦੇ ਵਿੱਚ ਇੱਕ ਟੈਕਨੀਕਲ ਪ੍ਰੋਬਲਮਿਕ ਇਸ਼ੂ ਆਗੇ ਜੈਸਨ ਬਹੁਤ ਹੀ ਛੇਤੀ ਫਿਰ ਉਹਨਾਂ ਨੇ ਸੋਲਵ ਕਰ ਦਿੱਤਾ ਹੈ ਮੈਕਡੋਨਲਡ ਜੋ ਕਿ ਰੋਮਾ ਦੇ ਵਿੱਚ ਕੋਰਸੋ ਫਰਾਂਸਾ ਫਰਾਂਸ ਦਾ ਜਿਹੜਾ ਉਸ ਦੇ ਵਿੱਚ ਹੋਇਆ ਮੈਕਡੋਨਲਡ ਦੇ ਵਿੱਚ ਸਵੇਰੇ ਸਵੇਰੇ ਲੜਾਈ ਹੋਈ ਜਿਨ੍ਹਾਂ ਨੇ ਸ਼ਰਾਬ ਦੇ ਨਸ਼ੇ ਦੇ ਵਿੱਚ ਸਿਕਿਉਰਟੀ ਮੈਕਡੋਨਲਡ ਤੇ ਜਿਹੜੀ ਸਿਕਿਉਰਟੀ ਲੱਗੀ ਸੀ ਉਹਨਾਂ ਦੇ ਨਾਲ ਕੁੱਟਮਾਰ ਕੀਤੀ ਐਸ ਟਾਈਮ ਪੁਲਿਸ ਜਿਹੜੇ ਚਾਰ ਗੈਰ ਮੁਲਕੀ ਨੇ ਸੀਸੀਟੀਵੀ ਫੁਟੇਜ ਦੇ ਵਿੱਚ ਆ ਚੁੱਕੇ ਨੇ ਉਹਨਾਂ ਦੀ ਪਾਲ ਕਰ ਰਹੀ ਹੈ ਜੀ ਨੇੜੇ ਦੇ ਜਿਹੜੇ ਸੀਸੀਟੀਵੀ ਫੁਟੇਜ ਨੇ ਉਹਨਾਂ ਨੂੰ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਕਿ ਕਿਹੜੇ ਬੰਦੇ ਸਨ ਕਿਸ ਗੱਡੀ ਦੇ ਵਿੱਚ ਬੈਠ ਕੇ ਕਿੱਥੇ ਨੂੰ ਫਰਾਰ ਹੋਏ ਨਸ਼ੇ ਦੇ ਹਾਲਤ ਵਿੱਚ ਇਹ ਜਿਹੜੇ ਦੌੜੇ ਸਨ ਉਹਨਾਂ ਨੂੰ ਬਹੁਤ ਹੀ ਛੇਤੀ ਪਛਾਣ ਲਿਆ ਜਾਵੇਗਾ ਤੇ ਉਹਨਾਂ ਦੇ ਸਿਰ ਫਿਰ ਹੋਰ ਵੀ ਕੇਸ ਕੀਤਾ ਜਾ ਸਕਦਾ ਬਰੇਸ਼ਿਆ ਦੇ ਇਲਾਕੇ ਇਜ਼ੇਓ ਦੇ ਵਿੱਚ ਪੁਲਿਸ ਨਾਰਮਲ ਹੀ ਜਾ ਰਹੀ ਸੀ ਇੱਕ ਬੰਦਾ ਬੈਗ ਗੱਡੀ ਦੇ ਵਿੱਚ ਲੱਦ ਰਿਆ ਸੀ ਪੁਲਿਸ ਨੂੰ ਦੇਖ ਕੇ ਥੋੜਾ ਜਿਹਾ ਉਹ ਪਰੇਸ਼ਾਨ ਜਿਹਾ ਹੋ ਗਿਆ ਪੁਲਿਸ ਨੇ ਅਚਾਨਕ ਹੀ ਰੋਕਿਆ ਤਾਂ ਉਸ ਗੱਡੀ ਦੇ ਵਿੱਚ 12 ਕਿਲੋ ਉਹਨਾਂ ਕੋਲ ਨਸ਼ਾ ਬਰਾਮਦ ਹੋਇਆ ਅਤੇ 52 ਸਾਲਾਂ ਬੰਦੇ ਨੂੰ ਅਰੈਸਟ ਕਰ ਲਿਆ ਕਿ ਉਸ ਦੇ ਸਿਰ ਪਹਿਲਾਂ ਵੀ ਨਸ਼ੇ ਦੇ ਜਿਹੜੇ ਕੇਸ ਚੱਲ ਰਹੇ ਸਨ ਅਗਲਾ ਜੋ ਆਪਣਾ ਅਪਡੇਟ ਆ ਰਿਹਾ ਜੀ ਇਹ ਵੀ ਬਰੇਸ਼ਾ ਤੋਂ ਆ ਰਿਹਾ ਜੀ ਬਰੇਸ਼ਾ ਦੇ ਵਿੱਚ ਇੱਕ ਬ੍ਰੋਕਰ ਸੀਗਾ ਜੋ ਬਹੁਤ ਹੀ ਸਾਰੇ ਇਟਲੀ ਦੇ ਬਿਜ਼ਨਸਮੈਨਾਂ ਨੂੰ ਬਰੇਸ਼ਾ ਦੇ ਇਲਾਕੇ ਦੇ ਵਿੱਚ ਜੋ ਬਿਜ਼ਨਸਮੈਨ ਸੀ ਉਹਨਾਂ ਦੇ ਨਾਲ ਧੋਖਾ ਧੜੀ ਕਰਦਾ ਸੀ ਉਰਾਗੋ ਦੋਲਿਓ ਦਾ ਇਸ ਦਾ ਬੰਦੇ ਦਾ ਨਾਮ ਸਟੀਫਨੋ ਬਿਲੋਤੀਸ ਦਾ ਨਾਮ 53 ਸਾਲ ਦੀ ਉਮਰ ਇਹੋ ਬ੍ਰੋਕਰ ਆ ਜੀ ਜੋ ਕਹਿ ਰਿਹਾ ਸੀਗਾ ਵੀ ਜੇਕਰ ਤੁਹਾਡਾ ਬੈਂਕ ਦੇ ਨਾਲ ਕਰਜ਼ਾ ਤਾਂ ਕੋਈ ਗੱਲ ਨਹੀਂ ਤੁਸੀਂ ਮੇਰੇ ਨਾਲ ਗੱਲਬਾਤ ਕਰੋ ਅਸੀਂ ਜਿਹੜਾ ਤੁਹਾਡਾ ਕਰਜ਼ਾ ਹੈ ਉਹ ਤਕਰੀਬਨ ਤਕਰੀਬਨ ਮਾਫੀ ਕਰਵਾ ਦਾਂਗੇ ਘੱਟ ਤੋਂ ਘੱਟ ਜਿੰਨਾ ਹੋ ਸਕਦਾ ਹੈ ਕਰਜ਼ਾ ਦੇ ਤੇ ਜਿਹੜੇ ਬਿਜ਼ਨਸਮੈਨਸ ਹਨ ਜਿਨ੍ਹਾਂ ਨੇ ਲੱਖਾਂ ਦਾ ਕਰਜ਼ਾ ਚੁੱਕਿਆ ਹੋਇਆ ਸੀ ਉਹ ਕਹਿ ਦਿੰਦੇ ਸਨ ਠੀਕ ਹੈ ਜੀ ਅਸੀਂ ਸਾ ਆਪਣਾ ਕਰਜ਼ਾ ਮਾਫ ਕਰਾਉਣ ਦੇ ਲਈ ਤਿਆਰ ਤੇ ਉਸ ਦੇ ਬਦਲੇ ਦੇ ਵਿੱਚ ਉਹ ਕੁਝ ਪੈਸੇ ਮੰਗਦਾ ਸੀ ਤੇ ਉਹਨੂੰ ਪੈਸੇ ਦੇ ਦਿੱਤੇ ਜਾਂਦੇ ਸਨ ਆਦੇ ਤਿੰਨ ਬਿਜ਼ਨਸਮੈਨਾਂ ਨੇ ਤਾਂ 365000 ਰੁਪਏ ਇਸ ਬੰਦੇ ਨੂੰ ਦੇ ਦਿੱਤਾ ਸੀ ਜੋ ਕਿ ਉਹਨਾਂ ਨੂੰ ਪਤਾ ਲੱਗਾ ਕਿ ਉਸ ਤੋਂ ਬਾਅਦ ਉਸਨਾਂ ਨੂੰ ਪਤਾ ਇਹ ਲੱਗਦਾ ਕਿ ਇਹ ਬੰਦਾ ਬਹੁਤ ਹੀ ਵੱਡਾ ਫਰਾਡ ਹੈ ਅਤੇ ਹੁਣ ਪੁਲਿਸ ਕੋ ਉਹਨਾਂ ਨੇ ਰਿਪੋਰਟ ਕਰ ਦਿੱਤੀ ਤੇ ਇਸ ਬੰਦੇ ਨੂੰ ਅਰੈਸਟ ਕਰ ਲਿਆ ਗਿਆ ਜੀ। ਵਿਰੋਨਾ ਦੇ ਵਿੱਚ ਬੱਚਿਆਂ ਦੀ ਲੜਾਈ ਹੋਈ ਤੇ ਉਸ ਲੜਾਈ ਤੋਂ ਬਾਅਦ 14-15 ਸਾਲ ਦੀ ਉਮਰ ਦੇ ਜਿਹੜੇ ਬੱਚੇ ਆ ਪੁਲਿਸ ਨੂੰ ਆਉਣਾ ਪਿਆ। ਪੁਲਿਸ ਨੂੰ ਇਸ ਕਰਕੇ ਆਉਣਾ ਪਿਆ ਕਿਉਂਕਿ ਇੱਕ ਬੱਚੇ ਦੀ ਬਾਹ ਦੇ ਉੱਤੇ ਤਾਲੀਅਰੀ ਨੂੰ ਦਾ ਜਿਹੜਾ ਜ਼ਖਮ ਸੀ। ਤਾਲੀਅਰੀ ਨੂੰ ਇੱਕ ਬਾਕਸ ਕਟਰ ਹੁੰਦਾ, ਇੱਕ ਛੋਟਾ ਜਿਹਾ ਬਲੇਡ ਹੁੰਦਾ ਜਿਹਨੂੰ ਰੱਖ ਸਕਦੇ ਆ। ਇੱਕ ਬਲੇਡ ਦੇ ਨਾਲ ਮੁੰਡੇ ਦੀ ਜਿਹੜੀ ਦੂਸਰੀ ਦੀ ਉਮਰ ਵੀ 14 ਤੋਂ 15 ਜਾਂ 13 ਸਾਲ ਉਸ ਦੀ ਬਾਹ ਦੇ ਉੱਤੇ ਟਾਇਰ ਨੂੰ ਬਾਕਸ ਕਟਰ ਦੇ ਨਾਲ ਹਮਲਾ ਕੀਤਾ ਦੱਸਿਆ ਜਾ ਰਿਹਾ ਹੈ ਕਿ ਵਰੋਨਾ ਦੇ ਵਿੱਚ ਬੁੱਤਾ ਪੀ ਇਤਰਾ ਦੇ ਵਿੱਚ ਇਹ ਜਿਹੜੀ ਘਟਨਾ ਵਾਪਰੀ ਹੈ ਤੇ ਪੁਲਿਸ ਨੇ ਪਹੁੰਚ ਕੇ ਮੁੰਡੇ ਨੂੰ ਹਸਪੀਟਲ ਦੇ ਵਿੱਚ ਪਹੁੰਚਾਇਆ ਤੇ ਹੁਣ ਦੂਸਰੇ ਮੁੰਡੇ ਸਰ ਕੇਸ ਬੱਚੇ ਸਟੜਾ ਕੇਸ ਹੋ ਸਕਦਾ ਇਟਲੀ ਦੇ ਵਿੱਚ ਅਵਿਆਰੀਆ ਦਾ ਕੇਸ ਆਨ ਲੱਗ ਪਿਆ ਨੇ ਅਵਿਆਰੀਆ ਜਿਸ ਨੂੰ ਵਾਰਡ ਫਲੂ ਵੀ ਕਿਹਾ ਜਾਂਦਾ ਜੀ ਤਕੀਨੋ ਇਹ ਸਦੇ ਬਹੁਤ ਹੀ ਜ਼ਿਆਦਾ ਦਾ ਨੁਕਸਾਨ ਹੁੰਦਾ ਤਕੀਨ ਨੂੰ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਇੰਸਟੀਟੂਟ ਤੋਂ ਜੋ ਪ੍ਰੋਫਿਲਾਟਿਕ ਨੂੰ ਨੇ ਕਵਰ ਦ ਸਿਆਕੇ ਅਵਿਆਰੀਏ ਦੇ ਨਾਲ ਤਕਰੀਬਨ 29000 ਤਕੀਨੂਆਂ ਨੂੰ ਹੁਣ ਤੱਕ ਮਾਰ ਦਿੱਤਾ ਗਿਆ ਵੇਨੇ ਤੋਂ ਇਲਾਕੇ ਦੇ ਵਿੱਚ ਅਤੇ ਇਸ ਤੋਂ ਇਲਾਵਾ ਜਿਹੜੀਆਂ 1 ਮਿਲੀਅਨ ਜਿਹੜੀਆਂ ਮੁਰਗੀਆਂ ਨੇ ਉਹਨਾਂ ਨੂੰ ਮਾਰ ਉਹਨਾਂ ਨੂੰ ਮਾਰਨ ਲੱਗੇ ਨੇ ਕੋਦੀਗੋਰੋ ਦੇ ਇਲਾਕੇ ਦੇ ਵਿੱਚ ਕਾਰਨ ਇਹ ਜੀ ਅਵਿਆਰੀਆ ਅਵਿਆਰੀਏ ਪ੍ਰਵਾਸੀ ਪੰਛੀਆਂ ਤੋਂ ਫੈਲਦਾ ਜੀ ਅਤੇ ਇਸ ਦੇ ਨਾਲ ਸਰੀਰ ਨੂੰ ਬਹੁਤ ਸਾਰੇ ਪ੍ਰੋਬਲਮਾਂ ਆ ਸਕਦੀ ਨਹੀਂ ਜੇਸਨ ਨੂੰ ਜਿੰਨਾ ਤੋਂ ਬਚਣ ਦੇ ਲਈ ਪਹਿਲਾਂ ਹੀ ਇਹਨਾਂ ਦਾ ਖਤਮ ਕਰ ਦਿੱਤਾ ਜਾਂਦਾ ਹੈ ਅਤੇ ਉਸ ਤੋਂ ਬਾਅਦ ਅਗਲਾ ਜੋ ਅਪਡੇਟ ਆ ਰਿਹਾ ਜੀ ਇੱਕ 30 ਸਾਲ ਦੇ ਮੁੰਡੇ ਨੂੰ 30 ਸਾਲ ਦਾ ਨੌਜਵਾਨ ਜੋ ਆਪਣੀ ਮੀਨੀ ਕੂਪਰ ਮੀਨੀ ਕੰਟਰੀਮੈਨ ਦੇ ਨਾਲ ਗੱਡੀ ਚਲਾ ਰਿਹਾ ਸੀਗਾ ਇੱਕ ਬਜ਼ੁਰਗ ਬੰਦੇ ਦੇ ਨਾਲ ਐਕਸੀਡੈਂਟ ਕਰਕੇ ਫਰਾਰ ਹੋ ਜਾਂਦਾ ਉਸ ਬੰਦੇ ਨੇ ਨਸ਼ਾ ਕੀਤਾ ਹੋਇਆ ਸੀ ਸ਼ਰਾਬ ਪੀਤੀ ਹੋਈ ਸੀ 79 ਸਾਲ ਦੇ ਬੰਦੇ ਨਾਲ ਐਕਸੀਡੈਂਟ ਕਰਕੇ ਜਦੋਂ ਫਰਾਰ ਹੋ ਜਾਂਦਾ ਜੀ ਉੱਥੇ ਲੋਕਾਂ ਨੇ ਦੱਸਿਆ ਪੁਲਿਸ ਪਿੱਛੇ ਨਾਲ ਹੀ ਪੈ ਕੇ ਉਸ ਨੂੰ ਫੜ ਲੈਂਦੀ ਹੈ ਸੀਸੀਟੀਵੀ ਫੁਟੇਜ ਸਾਰੀਆਂ ਉੱਥੇ ਲੱਗੀਆਂ ਹੁੰਦੀਆਂ ਨੇ ਹੁਣ ਇਸ ਬੰਦੇ ਮੁੰਡੇ ਤੇ ਇਸ ਨੌਜਵਾਨ ਦੇ ਉੱਤੇ ਇਰਾਦਾ ਕਤਲ ਦਾ ਤੇ ਬਹੁਤ سارے ਜਿਹੜੇ ਹੋਰ ਧਾਰਾਵਾਂ ਪੈਣਗੀਆਂ ਇਹ ਜੋ 79 ਸਾਲਾਂ ਬਜ਼ੁਰਗ ਬੰਦਾ ਸੀਗਾ ਜੀ ਇਹ ਵੀ ਬਹੁਤ ਹੀ ਜ਼ਿਆਦਾ ਹੁਣ ਸੀਰੀਅਸ ਕੰਡੀਸ਼ਨ ਦੇ ਵਿੱਚ ਆ ਜਦੋਂ ਕਦੇ ਵੀ ਐਕਸੀਡੈਂਟ ਹੋ ਜਾਂਦਾ ਸਭ ਤੋਂ ਪਹਿਲਾ ਕੰਮ ਉਸ ਜਗ੍ਹਾ ਤੇ ਖੜਨਾ ਉਸ ਜਗ੍ਹਾ ਤੋਂ ਦੌੜਨਾ ਨਹੀਂ ਜੇਕਰ ਕੋਈ ਵੀ ਬੰਦਾ ਇਸ ਤਰ੍ਹਾਂ ਦੌੜ ਜਾਂਦਾ ਤੇ ਉਸ ਨੂੰ ਬਹੁਤ ਸਾਰੀਆਂ ਪ੍ਰੋਬਲਮਾਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਜੀ ਇਹ ਸਨ ਹੁਣ ਤੱਕ ਦੀਆਂ ਕੁਝ ਖਾਸ ਤਾਂ ਮਿਲਾਂਗੇ ਤੁਹਾਡੇ ਨਾਲ ਅਗਲੇ ਅਪਡੇਟ ਦੇ ਵਿੱਚ ਉਨਾ ਟਾਈਮ ਆਪਣਾ ਆਪਣੇ ਘਰ ਪਰਿਵਾਰ ਦਾ ਰੱਖਿਓ ਖਿਆਲ ਜੀ ਸੁਣ ਰਹੇ ਇਟਾਲੀਅਨ ਖਬਰਾਂ ਤੋਂ ਹੀ ਕੁਲਵੀਰ ਸਿੰਘ ਨਾਲ ਜੀ